ਮੇਰੇ ਪਿਆਰਿਓ, ਪ੍ਰਭੂ ਯਿਸੂ ਦੇ ਨਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਆਸ ਹੈ ਕਿ ਠੀਕ ਠਾਕ ਹੋ। ਤੁਸੀਂ ਇਹ ਵੇਖ ਰਹੇ ਹੋ ਨਾ, ਇੱਕ ਬਹੁਤ ਵੱਡਾ ਬਾਗ ਹੈ, ਵੱਡੇ ਵੱਡੇ ਰੁੱਖ ਹਨ, ਅਤੇ ਇਹ ਜੋ ਰੁੱਖ ਹੈ ਇਸ ਨੂੰ ਚੈਰੀ ਬਲੌਸਮ ਕਹਿੰਦੇ ਹਨ। ਮਾਰਚ ਦੇ ਮਹੀਨੇ ਵਿੱਚ ਇਸ ਉੱਤੇ ਗੁਲਾਬੀ ਰੰਗ ਦੇ ਫੁੱਲ ਲੱਗਦੇ ਹਨ। ਮਾਰਚ ਮਹੀਨੇ ਵਿੱਚ ਜੇ ਤੁਸੀਂ ਆਓ ਤਾਂ ਇਹਨਾਂ ਨੂੰ ਵੇਖ ਸਕਦੇ ਹੋ। ਅਸੀਂ ਮਾਰਚ ਵਿੱਚ ਨਹੀਂ ਆਏ, ਇਸ ਲਈ ਫੁੱਲਾਂ ਨੂੰ ਨਹੀਂ ਵੇਖ ਸਕੇ। ਇਸ ਬਾਗ ਦੇ ਆਲੇ ਦੁਆਲੇ ਸ਼ਹਿਰ ਵਸਿਆ ਹੋਇਆ ਹੈ, ਵੱਡੀਆਂ ਵੱਡੀਆਂ ਇਮਾਰਤਾਂ ਹਨ, ਅਤੇ ਇਸ ਬਹੁਤ ਵੱਡੇ ਬਗੀਚੇ ਦੀ ਚੰਗੀ ਸਾਂਭ ਸੰਭਾਲ ਕੀਤੀ ਗਈ ਹੈ, ਰੁੱਖ ਲਾਏ ਗਏ ਹਨ। ਇਹ ਬਹੁਤ ਵੱਡਾ ਸ਼ਹਿਰ ਹੈ ਅਤੇ ਇਸ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਹਨ, ਬਹੁਤ ਪਰਿਵਾਰ ਵੱਸਦੇ ਹਨ। ਇਸ ਨੂੰ ਵੇਖ ਕੇ ਮੈਨੂੰ ਬਹੁਤ ਹੀ ਹੈਰਾਨੀ ਹੋਈ, ਕਿਉਂਕਿ ਘੱਟੋ ਘੱਟ 40 ਸਾਲ ਪਹਿਲਾਂ ਇਹ ਵੀ ਸਮੁੰਦਰ ਸੀ, ਅਤੇ ਸਮੁੰਦਰ ਦੀ ਇਸ ਜਗ੍ਹਾ ਨੂੰ ਉਹਨਾਂ ਨੇ ਬਗੀਚਾ ਬਣਾਇਆ ਹੈ। ਇਸ ਜਗ੍ਹਾ 'ਤੇ ਬਹੁਤ ਸਾਰੀ ਮਿੱਟੀ ਭਰੀ ਗਈ ਅਤੇ ਫਿਰ ਇੱਥੇ ਲੋਕਾਂ ਨੇ ਆ ਕੇ ਆਪਣੇ ਰਹਿਣ ਵਾਸਤੇ ਮਕਾਨ ਬਣਾਏ, ਆਪਣੇ ਲਈ ਘਰ ਵਗੈਰਾ ਬਣਾਏ। ਇਸ ਤਰ੍ਹਾਂ ਸਖ਼ਤ ਮਿਹਨਤ ਕਰਕੇ ਇਹਨਾਂ ਨੇ ਸਮੁੰਦਰ ਤੋਂ ਬਗੀਚਾ ਬਣਾਇਆ ਹੈ। ਪਰਮੇਸ਼ਰ ਨੇ ਮਨੁੱਖ ਨੂੰ ਇੰਨੀ ਬੁੱਧ ਦਿੱਤੀ ਹੈ, ਪਰਮੇਸ਼ਰ ਨੇ ਹੀ ਮਨੁੱਖ ਨੂੰ ਇੰਨਾ ਗਿਆਨ ਅਤੇ ਇੰਨੀ ਸ਼ਕਤੀ ਦਿੱਤੀ ਹੈ। ਜੇਕਰ ਪਰਮੇਸ਼ਰ ਦੁਆਰਾ ਬਣਾਇਆ ਗਿਆ, ਉਸਦੇ ਦੁਆਰਾ ਸਿਰਜਿਆ ਗਿਆ ਮਨੁੱਖ ਇਸ ਤਰ੍ਹਾਂ ਚੀਜ਼ਾਂ ਨੂੰ ਬਦਲ ਕੇ ਐਸਾ ਅਨੋਖਾ ਕੰਮ ਕਰ ਸਕਦਾ ਹੈ, ਤਾਂ ਪਰਮੇਸ਼ਰ ਵੀ ਉਸੇ ਤਰ੍ਹਾਂ ਤੁਹਾਡੇ ਜੀਵਨ ਵਿੱਚ ਜੋ ਖਰਾਬੀ ਹੋਈ ਹੈ, ਜੋ ਗੱਲਾਂ ਵਿਗੜ ਚੁੱਕੀਆਂ ਹਨ, ਉਹਨਾਂ ਨੂੰ ਬਦਲ ਸਕਦਾ ਹੈ ਅਤੇ ਪੂਰੀ ਤਰ੍ਹਾਂ ਨਵਾਂ ਬਣਾ ਸਕਦਾ ਹੈ। ਜਿੱਥੇ ਇੱਕ ਸਮੇਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਸਨ, ਉੱਥੇ ਇਹਨਾਂ ਨੇ ਮਿਹਨਤ ਕਰਕੇ ਇੱਕ ਸੁੰਦਰ ਬਗੀਚਾ ਬਣਾਇਆ ਹੈ। ਪਰਮੇਸ਼ਰ ਤੁਹਾਡੇ ਜੀਵਨ ਵਿੱਚ ਵੀ ਐਸਾ ਚਮਤਕਾਰ ਕਰੇਗਾ। ਤੁਹਾਡੇ ਜੀਵਨ ਵਿੱਚ ਵੀ ਪਰਮੇਸ਼ਰ ਇਸੇ ਤਰ੍ਹਾਂ ਦਾ ਇੱਕ ਬਦਲਾਵ ਲਿਆਵੇਗਾ। ਡਰਨਾ ਨਹੀਂ ਹੈ, ਪਰਮੇਸ਼ਰ ਵਾਅਦਾ ਕਰਦਾ ਹੈ। ਯਹੋਸ਼ੂਆ 1 ਅਧਿਆਏ ਉਸਦੀ 5 ਆਇਤ, ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ। ਪ੍ਰਭੂ ਕਹਿੰਦਾ ਹੈ, ਮੇਰੇ ਬੇਟੇ, ਮੇਰੀ ਬੇਟੀ, ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ। ਤੂੰ ਆਪਣੇ ਆਪ ਨੂੰ ਅਰਪਣ ਕੀਤਾ ਹੈ ਅਤੇ ਮੈਨੂੰ ਆਪਣੇ ਪਿਤਾ ਦੇ ਰੂਪ ਵਿੱਚ ਗ੍ਰਹਿਣ ਕੀਤਾ ਹੈ ਅਤੇ ਯਾਦ ਕੀਤਾ ਹੈ, ਇਸ ਲਈ ਮੈਂ ਤੈਨੂੰ ਨਾ ਛੱਡਾਂਗਾ ਨਾ ਤਿਆਗਾਂਗਾ। ਹਫ਼ਤਾ ਭਰ, ਮਹੀਨੇ ਭਰ ਅਤੇ ਪੂਰੇ ਸਾਲ ਭਰ ਪਰਮੇਸ਼ਰ 24 ਘੰਟੇ ਸਾਡੇ ਨਾਲ ਰਹੇਗਾ। ਤੁਸੀਂ ਦੁਨੀਆਂ ਵਿੱਚ ਕਿਤੇ ਵੀ ਯਾਤਰਾ ਕਰੋ, ਪਰਮੇਸ਼ਰ ਤੁਹਾਡੇ ਨਾਲ ਹੋਵੇਗਾ। ਇਸ ਦੁਨੀਆਂ ਦਾ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਵਾਅਦਾ ਨਹੀਂ ਕਰ ਸਕਦਾ, ਅਤੇ ਜੇ ਕਰੇ ਵੀ ਤਾਂ ਉਸ ਵਾਅਦੇ ਨੂੰ ਕਦੇ ਵੀ ਨਿਭਾ ਨਹੀਂ ਸਕਦਾ। ਪਤੀ ਪਤਨੀ ਨਾਲ ਇਹ ਵਾਅਦਾ ਨਹੀਂ ਕਰ ਸਕਦਾ, ਕਿਉਂਕਿ ਕੰਮਕਾਰ ਦੇ ਕਾਰਨ ਕਈ ਵਾਰ ਪਤੀ ਨੂੰ ਪਤਨੀ ਨੂੰ ਛੱਡ ਕੇ ਜਾਣਾ ਪੈਂਦਾ ਹੈ, ਕਈ ਵਾਰ ਪਤਨੀ ਨੇ ਵੀ ਕੰਮਕਾਰ ਲਈ ਇੱਧਰ ਉੱਧਰ ਜਾਣਾ ਹੈ। ਮੌਤ ਦੇ ਸਮੇਂ ਤਾਂ ਸਾਨੂੰ ਇੱਕ ਦੂਜੇ ਤੋਂ ਦੂਰ ਜਾਣਾ ਹੀ ਪਵੇਗਾ, ਅਲੱਗ ਹੋਣਾ ਪਵੇਗਾ। ਇਸ ਦਾ ਮਤਲਬ ਕਿ ਹਮੇਸ਼ਾ ਸਾਡੇ ਨਾਲ ਰਹਿਣ ਵਾਲਾ ਬਸ ਇੱਕੋ ਵਿਅਕਤੀ ਹੈ, ਅਤੇ ਉਹ ਪ੍ਰਭੂ ਯਿਸੂ ਮਸੀਹ ਹੈ। ਸਕੂਲ ਜਾਓਗੇ, ਪ੍ਰਭੂ ਨਾਲ ਹੋਵੇਗਾ। ਬਿਜ਼ਨਸ ਵਿੱਚ ਪ੍ਰਭੂ ਨਾਲ ਹੋਵੇਗਾ। ਨੌਕਰੀ ਵਿੱਚ ਉੱਥੇ ਪ੍ਰਭੂ ਤੁਹਾਡੇ ਨਾਲ ਹੋਵੇਗਾ। ਜੇਕਰ ਟ੍ਰੇਨ ਦੀ ਯਾਤਰਾ ਕਰਦੇ ਹੋ, ਬੱਸ ਦੀ ਯਾਤਰਾ ਕਰਦੇ ਹੋ, ਫਲਾਈਟ ਦੀ ਯਾਤਰਾ ਕਰਦੇ ਹੋ, ਕਾਰ ਵਿੱਚ ਕਿਤੇ ਜਾਂਦੇ ਹੋ, ਹਰ ਸਮੇਂ ਪ੍ਰਭੂ ਤੁਹਾਡੇ ਨਾਲ ਹੋਵੇਗਾ। ਮੇਰੇ ਨਾਲ ਪ੍ਰਭੂ ਹਰ ਸਮੇਂ ਰਹਿੰਦਾ ਹੈ, ਅਤੇ ਇਸ ਸਮੇਂ ਇੱਥੇ ਵੀ ਪ੍ਰਭੂ ਮੇਰੇ ਨਾਲ ਮੌਜੂਦ ਹੈ। 1972 'ਚ ਮੈਂ ਪ੍ਰਭੂ ਦੇ ਅੱਗੇ ਸਮਰਪਣ ਕੀਤਾ ਅਤੇ ਉਸਨੂੰ ਆਪਣੇ ਮੁਕਤੀਦਾਤਾ ਵਜੋਂ। ਉਸ ਦਿਨ ਤੋਂ ਪ੍ਰਭੂ ਨੇ ਅੱਜ ਤੱਕ ਮੈਨੂੰ ਕਦੇ ਨਹੀਂ ਛੱਡਿਆ ਹੈ ਅਤੇ ਨਾ ਕਦੇ ਮੈਨੂੰ ਤਿਆਗਿਆ ਹੈ। ਜੇ ਤੁਸੀਂ ਚਾਹੋਗੇ ਵੀ ਕਿ ਪਰਮੇਸ਼ਰ ਦੂਰ ਰਹੇ, ਤਾਂ ਪਰਮੇਸ਼ਰ ਕਹੇਗਾ, ਨਹੀਂ, ਮੈਂ ਤੇਰੇ ਅੰਗ ਸੰਗ ਰਹਾਂਗਾ। ਜੇ ਤੁਸੀਂ ਕਹੋਗੇ, ਪ੍ਰਭੂ ਮੈਂ ਕੰਮ ਕਰਨ ਲਈ ਜਾ ਰਿਹਾ ਹਾਂ, ਪ੍ਰਭੂ ਕਹੇਗਾ, ਤੂੰ ਜਿੱਥੇ ਕਿਤੇ ਵੀ ਕੰਮ ਕਰਨ ਲਈ ਜਾ ਰਿਹਾ ਹੈ, ਮੈਂ ਉੱਥੇ ਤੇਰੇ ਸੰਗ ਹੋਵਾਂਗਾ। ਸਾਡਾ ਪਰਮੇਸ਼ਰ ਸਾਡੇ ਅੰਗ ਸੰਗ ਰਹਿਣ ਵਾਲਾ ਪਰਮੇਸ਼ਰ ਹੈ। ਉਸਨੇ ਕਿਹਾ ਹੈ,
ਮੈਂ ਤੁਹਾਡੇ ਅੰਗ ਸੰਗ ਰਹਾਂਗਾ ਇਸ ਦਾ ਮਤਲਬ ਅਸੀਂ ਵੀ ਪਰਮੇਸ਼ਰ ਦੇ ਨਾਲ ਰਹਿਣ ਲਾਇਕ ਜੀਵਨ ਬਿਤਾਉਣਾ ਹੈ। ਅਸੀਂ ਆਪਣੇ ਪੂਰੇ ਦਿਲ ਨਾਲ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਹੈ। ਹੇ ਪਰਮੇਸ਼ਰ, ਤੂੰ ਮੇਰੇ ਨਾਲ ਰਹਿੰਦਾ ਹੈ, ਤੂੰ ਮੈਨੂੰ ਕਦੇ ਵੀ ਨਹੀਂ ਛੱਡਦਾ, ਕਦੇ ਨਹੀਂ ਤਿਆਗਦਾ ਹੈ। ਇਸ ਕਰਕੇ ਮੈਂ ਤੇਰੀ ਉਸਤਤ ਕਰਦਾ ਹਾਂ। ਤੂੰ ਮੇਰੇ ਜੀਵਨ ਵਿਚਲੇ ਬਰਬਾਦ ਹੋ ਚੁੱਕੇ ਖੰਡਰ ਬਣ ਚੁੱਕੇ ਖੇਤਰਾਂ ਨੂੰ ਇਸ ਤਰ੍ਹਾਂ ਬਦਲ ਦਿੰਦਾ ਹੈ ਕਿ ਉਹ ਬਿਲਕੁਲ ਨਵੇਂ ਬਣ ਜਾਂਦੇ ਹਨ ਅਤੇ ਮੇਰੇ ਜੀਵਨ ਨੂੰ ਆਪਣੀ ਬਰਕਤ ਦੇ ਨਾਲ ਭਰ ਦਿੰਦਾ ਹੈ। ਤੇਰੇ ਇਸ ਕਾਰਜ ਦੇ ਲਈ ਮੈਂ ਤੇਰੀ ਉਸਤਤ ਕਰਦਾ ਹਾਂ। ਯੇਸੂ ਦੇ ਨਾਂ ਵਿੱਚ ਆਮੀਨ, ਆਮੀਨ।